ग्लोबल हर्ट ए सुपर स्पेशलिटी हॉस्पिटल जो कि फिरोजपुर रोड नियर ऑक्ट्राई पोस्ट लुधियाना विखे स्थित है, जिथे कि हर तरीके की दिल दी बीमारियां, पेट, लीवर, गोडे अते रीढ़ की हड्डी के ऑपरेशन, दिमाग के ऑपरेशन, पित्ते की पत्थरी, हरनिया अते नाड़ी रोगों का इलाज बहुत ही वधिया तरीके नाल कीता जा रहा है। कोरोना की महामारी के दौरान भी हॉस्पिटल विखे कोरोना के मरीजों का बहुत ही वधिया तरीके नाल इलाज किया जा रहा है। विशेष तौर पर दिल के मरीजों लिए यह हस्पताल एक वरदान साबित हो रहा है। इस हॉस्पिटल की शुरुआत 2011 में हुई। डॉक्टर ब्रजेश प्रधान जो कि हॉस्पिटल के ऑनर हैं और चीफ कार्डियोलॉजिस्ट हैं, हमेशा ही मरीजों की देखभाल लिए तैयार रहते हैं। साड़ी पंजाब प्लस की टीम ने डॉक्टर ब्रजेश प्रधान, डॉक्टर अंजलि शाह और डॉक्टर नवदीप जिंदल जी नाल विशेष मुलाकात की। आओ नज़र मारते हैं हॉस्पिटल दी झलकियां ते। ਗਲੋਬਲ ਹਾਰਟ ਹਾਸਪਿਟਲ ਜੋ ਹੈ ਡਾਕਟਰ ਬ੍ਰਜੇਸ਼ ਕੁਮਾਰ ਬਰਹਾਨ ਸਾਡੇ ਉਹਨਾਂ ਦੇ ਹਾਸਪਿਟਲ ਦੇ ਚੀਫ ਕਾਰਡੀਓਲੋਜਿਸਟ ਨੇ, ਹਾਰਟ ਦੇ ਡਾਕਟਰ ਨੇ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਦੇਖਣ ਦੇ ਸਾਡਾ ਹਾਸਪਿਟਲ ਨਾਮ ਹੋ ਰਿਹਾ ਔਰ ਸਾਨੂੰ ਵੱਡਾ ਸਾਨੂੰ ਪ੍ਰੋਫਿਟ ਇਸ ਚੀਜ਼ ਦਾ ਯਾਦ ਹੈ ਕਿ ਸਾਡਾ ਬਿਲਕੁਲ ਐਂਟਰੈਂਸ ਦੇ ਉੱਪਰ ਹਾਸਪਿਟਲ ਹੈ। ਔਰ ਦੂਸਰੀ ਗੱਲ ਹੈ ਕਿ ਇੱਥੇ ਸੇਵਾਵਾਂ ਹਰ ਤਰ੍ਹਾਂ ਦੀ ਸੇਵਾਵਾਂ ਦਿੱਤੀਆਂ ਜਾਂਦੀਆਂ ਪੇਸ਼ੈਂਟ ਨੂੰ, ਕਿਸੇ ਤਰ੍ਹਾਂ ਦੀ ਕੋਈ ਕਮੀ ਹੈ, ਕੋਈ ਪੇਸ਼ੈਂਟ ਨੂੰ ਕੁਛ ਵੀ ਪ੍ਰੋਬਲਮ ਹੈ, ਸਭ ਦਾ ਟ੍ਰੀਟਮੈਂਟ ਲਈ ਇੱਕ ਸ਼ਬਦ ਸਾਡੇ ਇੱਥੇ ਦਿੱਤਾ ਜਾਂਦਾ ਹੈ। ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ, ਮਾਡਰਨ ਟੈਕਨੀਕ, ਹਰ ਤਰ੍ਹਾਂ ਦੀ ਜਿਹੜੀ ਸਹੂਲਤ ਪ੍ਰਾਪਤ ਦਿੱਤੀ ਜਾਂਦੀ ਹੈ। ਲਾਸਟ ਅਸੀਂ ਕੋਰੋਨਾ ਪੇਸ਼ੈਂਟ ਵੀ ਡੀਲ ਕੀਤਾ ਹੈ, ਮੈਕਸੀਮਮ ਪੇਸ਼ੈਂਟ ਸਾਡੇ ਇੱਥੋਂ ਠੀਕ ਹੋ ਕੇ ਵਿਸ਼ਾਲ ਹੋ ਕੇ ਗਏ ਹੈ, ਸੈਟਿਸਫਾਈਡ ਹੋਏ ਹੈ। ਅਤੇ ਸਾਡਾ ਖਿਆਲੀ ਵਿੱਚ ਕ੍ਰੈਡਿਟ ਹੋਸਪਿਟਲ ਹੈ, ਇਸ ਵਾਸਤੇ ਅੱਜ ਗਵਰਨਮੈਂਟ ਨੇ ਸਰਟੀਫਿਕੇਟ ਲੈਣਾ ਪੈਂਦਾ ਇਹਨਾਂ ਦਾ, ਅਸੀਂ ਆਪਣੀ ਸਿਰੇ ਕੋਲ ਸਰਟੀਫਿਕੇਟ ਲੱਗਿਆ ਸਾਡਾ, ਅਸੀਂ ਉਹ ਵੀ ਆਪਣੀ ਕੰਡੀਸ਼ਨ ਕੰਪਲੀਟ ਕਰਾਈ ਹੈ, ਤਾਂ ਮੈਕਸੀਮਮ ਪੇਸ਼ੈਂਟ ਸਾਡੇ ਕੋਲ ਸੈਟਿਸਫਾਈ ਜਾਂਦਾ ਹੈ। ਸਰ ਅਸੀਂ ਮੰਨੀਏ ਕਿ ਇਹ ਹਰਟ ਦਾ ਔਰ ਟਰੋਮਾ ਸੈਂਟਰ, ਐਜ਼ ਏ ਟਰੋਮਾ ਸੈਂਟਰ, ਇੱਕ ਕੰਪਲੀਟ ਜਿਹੜਾ ਪੈਜੀ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ, ਟਰੋਮਾ ਦੀ ਗੱਲ ਕਰੀਏ ਤਾਂ ਟਰੋਮਾ ਵਿੱਚ ਜਿਹੜਾ ਸਰਜਨ, ਆਰਥੋਪੈਡਿਕ ਸਰਜਨ, ਹਾਰਟ ਸਰਜਨ, ਸਾਰਾ ਕੁਝ ਤੁਹਾਡੇ ਕੋਲ ਇੱਥੇ ਮੌਜੂਦ ਹੈ। ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਬੰਦੇ ਨੂੰ ਅਤੇ ਗਰੁੱਪ ਜਿਹੜਾ ਹੈਗਾ ਉਹਨਾਂ ਦੇ ਨਾਲ ਮਤਲਬ ਉਹਨਾਂ ਦੀ ਸੇਵਾ ਕਰ ਸਕਦੇ? ਬਿਲਕੁਲ ਸਰ, ਅਸੀਂ ਸਾਰੇ ਪੇਸ਼ੈਂਟ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਸੋਲਵ ਕਰਨ ਵਾਸਤੇ ਅਸੀਂ ਤਤਪਰ ਹਾਂ, ਇੱਥੇ ਤਿਆਰ ਹਾਂ। ਸਾਡੀ ਟੀਮ ਬੜੀ ਡੈਡੀਕੇਟਿਡ ਟੀਮ ਹੈ ਸਾਡੀ, ਔਰ ਸਭ ਨਾਲ ਵੱਡੀ ਗੱਲ ਇਹ ਕਿ ਡਾਕਟਰ ਸਾਹਿਬ ਦੀ ਨੇਚਰ ਜੋ ਹੈ, ਡਾਕਟਰ ਸਾਹਿਬ ਦਾ ਜੋ ਤਰੀਕਾ ਹੈ ਟ੍ਰੀਟ ਕਰਨ ਦਾ, ਉਹ ਪੇਸ਼ੈਂਟ ਨੂੰ ਬਹੁਤ ਅੱਛਾ ਲੱਗਦਾ ਹੈ। ਇਸ ਕਰਕੇ ਸਾਡੇ ਕੋਲ ਡਾਇਰੈਕਟ ਮਤਲਬ ਅਸੀਂ ਕਹੀਏ ਕਿ ਪੇਸ਼ੈਂਟ ਦੱਸੋ, ਉਹਨਾਂ ਨੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਔਰ ਟੀਮ ਸਾਡੀ ਇੰਨੀ ਡੈਡੀਕੇਟਿਡ ਹੈ ਕਿ ਤੁਸੀਂ ਇੱਥੋਂ ਆਈ ਲਗਾ ਸਕਦੇ ਹੋ ਕਿ 2011 ਤੋਂ ਹੋਸਪਿਟਲ ਸਾਡਾ ਸ਼ੁਰੂ ਹੋਇਆ ਸੀ ਔਰ ਅੱਜ ਵੀ ਸਾਡੇ ਕੋਲ ਉਹੀ ਸਟਾਫ ਹੈ ਜੋ 2011 ਸਾਡੇ ਕੋਲ ਸਟਾਫ ਸੀ। ਸਰ ਗਵਰਨਮੈਂਟ ਸਕੀਮਾਂ ਦੀ ਗੱਲ ਕਰੀਏ ਤਾਂ ਅਸੀਂ ਦੇਖ ਰਹੇ ਹਾਂ ਕਿ ਲੰਬੀ ਲਿਸਟ ਜਿਹੜੀ ਹੈਗੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਹੈ, ਕੈਸ਼ਲੈਸ ਜਿਹੜੇ ਹੈ ਨੇ, ਔਰ ਇਹਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਬੜਾ ਕੰਪਲੀਮੇਸ਼ਨ ਨਾਲ ਚੱਲਦੇ ਹੋ, ਕੋਈ ਪੇਸ਼ੈਂਟ ਆਉਂਦਾ ਏਦਾਂ ਨਹੀਂ ਹੈਗਾ ਉਹਨੂੰ ਇਕਦਮ ਮਤਲਬ ਜਿਹੜਾ ਹੈਗਾ, ਅਗਰ ਉਹ ਗਵਰਨਮੈਂਟ ਸਕੀਮ ਦੇ ਨਾਲ ਇੰਟੈਂਡੈਂਟ ਹੈਗਾ ਤਾਂ ਤੁਸੀਂ ਉਹਨੂੰ ਪਹਿਲਾਂ ਪੇਸ਼ੈਂਟ ਦਾ ਇਲਾਜ ਨਾਲ ਕਰਨਾ ਸ਼ੁਰੂ ਕਰ ਦਿੰਦੇ ਹੋ, ਔਰ ਨਾਲ ਜਿਹੜੀਆਂ ਉਹਦੀਆਂ ਫਾਰਮੈਲਿਟੀਜ਼, ਇਹ ਨਹੀਂ ਕਿ ਫਾਰਮੈਲਿਟੀਆਂ ਦੇ ਵਿੱਚ ਹੀ ਜਿਹੜਾ ਹੈਗਾ ਇੱਥੇ ਪੇਸ਼ਾ ਹੋਣਾ। ਨਹੀਂ, ਇੱਦਾਂ ਕੁਛ ਨਹੀਂ ਸਰ, ਸਾਡੇ ਕੋਲ ਕਈ ਪੇਸ਼ੈਂਟ ਸੰਡੇ ਵੀ ਆਉਂਦੇ ਨੇ, ਸਾਡੇ ਇੰਸ਼ੋਰੈਂਸ ਕੰਪਨੀ ਬੰਦ ਹੁੰਦੀਆਂ ਨੇ, ਕਈ ਸੈਟਰਡੇ ਆਉਂਦੀਆਂ ਜਾਂ ਈਵਨ ਲੇਟ ਨਾਈਟ ਤੋਂ ਪੇਸ਼ੈਂਟ ਰੂਟੀਨ 'ਚ ਵੀ ਆਉਂਦਾ ਹੈ। ਇਹਦਾ ਇਹ ਮਤਲਬ ਨਹੀਂ ਜਦੋਂ ਪੇਸ਼ੈਂਟ ਦਾ ਟ੍ਰੀਟਮੈਂਟ ਤਾਂ ਹੋਏਗਾ ਜਦ ਆਪਣੀ ਅਪਰੂਵਲ ਆਏਗੀ ਨਾ। ਸਾਡਾ ਫਸਟ ਪ੍ਰਾਇਰਟੀ ਹੈ ਪੇਸ਼ੈਂਟ ਦੀ ਹਾਲਤ ਸੁਧਾਰਨਾ, ਉਹਨੂੰ ਇੰਪਰੂਵ ਕਰਨਾ, ਡਾਕੂਮੈਂਟੇਸ਼ਨ ਦਾ ਸੈਕਿੰਡ ਪਾਰਟ ਹੈ, ਔਰ ਅਸੀਂ ਆਪਣਾ ਪੂਰਾ ਜ਼ੋਰ ਲਗਾਉਂਦੇ ਹਾਂ। ਸਾਡੀ ਪੂਰੀ ਡੈਡੀਕੇਟਿਡ ਟੀਮ ਹੈ ਕਾਰਪੋਰੇਟ ਦੀ, ਟੀ ਪੀ ਐਸ ਦੀ, ਔਰ ਸਾਡੇ ਕੋਲ ਮੇਰੇ ਘਰ ਨੰਬਰ ਆਫ ਟੀ ਪੀ ਐਸ ਇੰਸ਼ੋਰੈਂਸ ਕੰਪਨੀ ਸਾਰੇ ਤਕਰੀਬਨ ਸਾਡੇ ਕੋਲ ਹੈਗੀਆਂ ਨੇ, ਜਿਹੜੀ ਕੋਈ ਇੰਸ਼ੋਰੈਂਸ ਕੰਪਨੀ ਸਾਡੇ ਨਾਲ ਪ੍ਰੈਜੈਂਟ ਨਹੀਂ ਹੈ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ, ਪਲੱਸ ਅਸੀਂ ਉਹਦੀ ਪੇਸ਼ੈਂਟ ਦੀ ਹੈਲਪ ਕਰਦੇ ਹਾਂ ਬਾਅਦ ਵਿੱਚ ਆਫਟਰ ਡਿਸਚਾਰਜ, ਅਸੀਂ ਪੂਰੀ ਹੈਲਪ ਕੀਤੀ ਜਾਂਦੀ ਹੈ, ਪੂਰੇ ਫਾਈਲ ਤਿਆਰ ਕਰਕੇ ਉਹਨੂੰ ਕਲੇਮ ਲੈਣ 'ਚ ਉਹਦੀ ਹੈਲਪ ਕਰਦੇ ਹਾਂ ਅਸੀਂ।
ਇੱਥੇ ਅਡਮਿਟ ਆ, ਉਸ ਦੌਰਾਨ ਜੋ ਵੀ ਡਾਕੂਮੈਂਟ ਸੀ ਚੇਂਜ ਉਸ ਨੂੰ ਗਾਈਡ ਕੀਤਾ ਹੁੰਦਾ, ਉਹਦੀ ਹੈਲਪ ਕਰੀ ਜਾਂਦੀ ਹੈ, ਔਰ ਇੰਸ਼ੋਰੈਂਸ ਕੰਪਨੀ ਕਲੇਮ ਲੈਣ ਦੇ ਆਫਿਸ ਦਾ ਹੋਸਪਿਟਲ ਦਾ ਹਿਸਾਬ ਦਿੱਤਾ ਹੁੰਦਾ ਪੂਰਾ, ਔਰ ਪੇਸ਼ੈਂਟ ਦੀ ਕਲੇਮ ਦਿੱਤੀ ਹੁੰਦੀ ਹੈ, ਤਾਂ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ ਔਰ ਇਹਨਾਂ ਨੂੰ ਕੈਸ਼ ਹੋਸਪਿਟਲ ਨੂੰ ਕੈਸ਼ ਐਸੀ ਟ੍ਰੀਟਮੈਂਟ ਹੋ ਜਾਂਦਾ। ਸ਼ਿਬੂਰ ਹੈ ਉਹ ਕੇਵਲ ਪੰਜਾਬ ਹਰਿਆਣਾ ਨਹੀਂ ਬਲਕਿ ਅਲੱਗ ਅਲੱਗ ਸੂਬਿਆਂ ਦੇ ਵਿੱਚ ਜਿਹੜੀ ਪਹੁੰਚ ਚੁੱਕੀ ਹੈਗੀ ਆ, ਬੜੇ ਦੂਰ ਦੂਰ ਤੋਂ ਪੇਸ਼ੈਂਟ, ਹਿਮਾਚਲ ਦੀ ਗੱਲ ਕਰੀਏ, ਸ਼ਿਮਲਾ ਦੀ ਗੱਲ ਕਰੀਏ, ਹਰਿਆਣਾ ਦੀ ਗੱਲ ਕਰੀਏ, ਤਾਂ ਆਉਣੀ ਸ਼ੁਰੂ ਹੋ ਗਈ। ਕੀ ਕਹਿਣਾ ਚਾਹੋਗੇ ਇਹ ਜਿਹੜਾ ਸਫ਼ਰ ਹੈਗਾ ਓਨੈਸਟਲੀ ਜੋ ਕਰਦੇ ਜੋ ਸਾਡੀ ਟੀਮ ਹੈਗੀ, ਦੈਟ ਟੀਮ ਇਜ਼ ਵਨ ਆਫ ਦਾ ਬੈਸਟ ਟੀਮਸ ਆਈ ਕੈਨ ਸੇ, ਐਂਡ ਸਾਰਾ ਜੋ ਟੀਮ ਵਰਕ ਹੈਗਾ ਉਹ ਬਹੁਤ ਵਧੀਆ ਹੈ। ਹਾਰਟ ਵਾਸਤੇ ਸਾਡੇ ਜੋ ਡਾਕਟਰ ਮੁਖਰਜੀ ਹੈਗੇ, ਹਾਰਟ ਸਰਜਨ ਹੈਗੇ, ਮੈਂ ਕਾਰਡੀਓਲੋਜਿਸਟ ਹੈ, ਡਾਕਟਰ ਭੁਪਿੰਦਰ ਹੈਗੇ, ਤੋ ਹਾਰਟ ਦੇ ਮਾਮਲੇ ਦੇ ਟੀਮ ਵਰਕ ਜੋ ਬੋਲਦੇ ਉਹ ਵੈਰੀ ਇੰਪੋਰਟੈਂਟ। ਉਹਦੇ ਵਾਸਤੇ ਜੋ ਸਾਡੀ ਟੀਮ ਵਰਕ ਹੈਗੀ, ਜੋ ਸਾਡੇ ਸਟਾਫ ਹੈਗੇ, ਉਹਦੇ ਕਰਕੇ ਸਾਡਾ ਜੋ ਸਫ਼ਰ ਹੈਗਾ ਵਧੀਆ ਚੱਲ ਰਿਹਾ ਹੈ, ਔਰ ਬਾਕੀ ਫਿਰ ਸਾਰੀ ਜੋ ਪੇਸ਼ੈਂਟ ਸੀ ਬੜੀ ਸੈਟਿਸਫਾਈਡ ਹੋ ਕੇ ਜਾਂਦੀ, ਤਾਂ ਕਰਕੇ ਅਸੀਂ ਪ੍ਰੋਗਰੈਸ ਕਰ ਰਹੇ ਹਾਂ। ਦੱਸੋ ਅਗਰ ਆਪਾਂ ਗੱਲ ਕਰੀਏ ਕੈਬ ਸਾਹਿਬ ਦੀ ਇਸ ਹੋਸਪਿਟਲ ਦੇ ਵਿੱਚ, ਔਰ ਪੇਸ਼ੈਂਟ ਜਿਹੜਾ ਹਰ ਦਾ ਇੱਕ ਵਾਰ ਅੰਦਰ ਆ ਗਿਆ ਔਰ ਪ੍ਰੋਬਲਮ ਦੇ ਨਾਲ ਆ ਗਿਆ, ਉਹਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੀ, ਉਹਨੂੰ ਕਿਤੇ ਧਿਆਨ ਦੀ ਲੋੜ ਨਹੀਂ ਹੈ, ਕੋਈ ਐਮਰਜੈਂਸੀ ਜਿਹੜੀਆਂ ਸਾਰੀਆਂ ਉਹ ਇਸ ਹੋਸਪਿਟਲ ਦੇ ਵਿੱਚ ਹੀ ਹੈਂਡਲ ਹੁੰਦੀ ਹੈ, ਉਹਦੇ ਬਾਰੇ ਕੀ ਗੱਲ ਹੈ? ਰਿਸ਼ੀ ਜੀ, ਜੋ ਸਾਡੇ ਹੋਸਪਿਟਲ ਦੇ ਜੋ ਹਾਰਟ ਦੇ ਮਾਮਲੇ ਨੇ, ਏ ਟੂ ਜ਼ੈਡ ਸਾਰੀ ਫੈਸਿਲਿਟੀ ਅਵੇਲੇਬਲ ਹੈ। ਪੇਸ਼ੈਂਟ ਨੂੰ ਜੋ ਅਸੀਂ ਸਟਾਰਟ ਕਰਨੀ, ਜੋ ਓਪੀਡੀ ਦੇ ਦਿਖਾਉਣਾ ਹੈ, ਉਹਨੂੰ ਕੋਈ ਨੋਨ ਇਨਵੇਸਿਵ ਟੈਸਟ ਜਿਹੜੇ ਇੰਪੋਰਟੀ ਕੰਪਨੀ ਕਰਨੀ ਹੈ ਜਾਂ ਕੋਈ ਰਿਸਕ ਫੈਕਟਰ ਪਤਾ ਕਰਨਾ, ਉਹ ਤੋਂ ਲੈ ਕੇ ਬਾਈਪਾਸ ਸਰਜਰੀ ਤੱਕ ਸਾਰਾ ਟ੍ਰੀਟਮੈਂਟ ਆਪਣੇ ਹਸਪਤਾਲ ਦੇ ਮੌਜੂਦ ਹੈਗਾ, ਔਰ ਇਹਦੇ ਵਾਸਤੇ ਹਾਰਟ ਵਾਲੇ ਪੇਸ਼ੈਂਟ ਨੂੰ ਕਿੱਥੇ ਵੀ ਜਾਣ ਦੀ ਲੋੜ ਨਹੀਂ। ਦੂਜੀ ਗੱਲ ਹੈ ਕਿ ਹਾਰਟ ਦੇ ਮਰੀਜ਼ਾਂ ਨੂੰ ਹਾਰਟ ਦੇ ਇਲਾਵਾ ਹੋਰ ਵੀ ਕਈ ਪ੍ਰੋਬਲਮ ਸ਼ੁਰੂ ਹੋ ਜਾਂਦੀ, ਤਾਂ ਸਾਡਾ ਮਲਟੀ ਸਪੈਸ਼ਲਿਟੀ ਹੋਸਪਿਟਲ ਹੈਗਾ, ਇਹਦੇ ਸਰਜਰੀ ਵਾਲੇ ਡਾਕਟਰ ਬੈਠੇ ਹੈ, ਹੱਡੀਆਂ ਵਾਲੇ ਡਾਕਟਰ ਬੈਠੇ ਹੈ, ਜੋ ਮੈਡੀਸਿਨ ਵਾਲੇ ਡਾਕਟਰ ਬੈਠੇ ਹੈ, ਕਿ ਹਾਰਟ ਦੇ ਇਲਾਵਾ ਕੋਈ ਹੋਰ ਮਜਬੂਰੀ ਰਹਿੰਦੀ ਹੈ, ਕੋਈ ਹੋਰ ਪ੍ਰੋਬਲਮ, ਕੋਈ ਐਗਜ਼ਿਸਟਿੰਗ ਡਿਜ਼ੀਜ਼ ਹੁੰਦੀ ਹੈ, ਉਹ ਵੀ ਅਸੀਂ ਇੱਥੇ ਠੀਕ ਕਰ ਸਕਦੇ ਹਾਂ। ਦੈਟ ਇਜ਼ ਵੈਰੀ ਇੰਪੋਰਟੈਂਟ। ਦੇਖੋ, ਹਰ ਜਿਹੜੀ ਪ੍ਰੋਬਲਮ ਹੈ ਕਿ ਪੰਜਾਬ ਦੇ ਵਿੱਚ ਔਰ ਇਸ ਏਰੀਆ ਵਿੱਚ ਜ਼ਿਆਦਾ ਸੁਣੀ ਵੱਧ ਰਹੀ ਹੈ, ਕੀ ਕਾਰਨ ਹੈਗਾ? ਜੋ ਹਾਰਟ ਦੀ ਜੋ ਇੰਸੀਡੈਂਸ ਹੈ, ਜੋ ਅਸੀਂ ਕਹਿੰਦੇ ਪੰਜਾਬ ਦੇ ਜ਼ਿਆਦਾ ਹੈ, ਕਈ ਸਾਰੇ ਫੈਕਟਰਸ ਹੈਗੇ। ਇੱਕ ਤੋਂ ਕੀ ਆਪਣਾ ਜੋ ਅਸੀਂ ਕਹਿੰਦੇ ਕਿ ਜੋ ਫੂਡ ਹੈਗਾ ਮੋਸਟ ਇੰਪੋਰਟੈਂਟ, ਜੋ ਫੂਡ ਆਪਣਾ ਕਾਫ਼ੀ ਰਿਚ ਫੂਡ ਹੈਗਾ, ਲੋਕ ਅਸੀਂ ਪਿੰਡ ਦੇ ਜੋ ਜੱਟਾਂ ਦੇ ਜਾਂ ਸਾਰਾ ਕੁਝ, ਇਹਨਾਂ ਨੇ ਘੀ ਮੱਖਣ ਵਗੈਰਾ ਸਾਰਾ ਕੁਝ ਖਾਣਾ ਹੈ। ਅੱਛਾ, ਪਹਿਲੇ ਕੀ ਮਿਹਨਤ ਬਹੁਤ ਕਰਦੇ ਸੀ ਅਸੀਂ, ਹੁਣ ਕੀ ਹੈਗਾ, ਬਿਕੋਜ਼ ਆਫ ਇਸ ਮਾਈਗ੍ਰੈਂਟ ਲੇਬਰ ਸਾਡੀ ਮਿਹਨਤ ਘੱਟ ਗਈ ਹੈ, ਫੂਡ ਉਹੀ ਰਹਿ ਗਿਆ, ਉਹਦੇ ਕਰਕੇ ਹਾਰਟ ਦੀ ਪ੍ਰੋਬਲਮ ਕਾਫ਼ੀ ਜ਼ਿਆਦਾ ਵਧੀ ਹੋਈ ਹੈ। ਦੂਜਾ, ਜੋ ਥੋੜ੍ਹਾ ਬਹੁਤ ਜੋ ਨਸ਼ੇ ਦਾ ਪ੍ਰਚਲਨ ਹੈ, ਹਾਲਾਂਕਿ ਉਹਦੇ ਵਾਸਤੇ ਸਰਕਾਰ ਬਹੁਤ ਅਵੇਅਰ ਹੈ ਕਿ ਕਾਫ਼ੀ ਕੁਝ ਅਸੀਂ ਕਰ ਰਹੇ ਹਾਂ, ਸਰਕਾਰ ਦੇ ਵੱਲੋਂ ਡਿਟੈਕਸ ਵਗੈਰਾ ਕਾਫ਼ੀ ਕੁਝ ਮਦਦ ਕਰ ਰਹੇ ਹਾਂ ਕਿ ਅਸੀਂ ਉਹਨੂੰ ਘਟਾਇਆ ਜਾਵੇ, ਬਟ ਉਹਦੇ ਬਾਵਜੂਦ ਜੋ ਉਹ ਪ੍ਰੋਬਲਮ ਹੈਗੀ ਜੋ ਨਸ਼ੇ ਦੀ, ਉਹਦੇ ਕਰਕੇ ਵੀ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਅਗਰ ਫਿਰ ਆਪਾਂ ਸ਼ੂਗਰ ਦੀ ਗੱਲ ਕਰੀਏ, ਤਾਂ 30 ਸਾਲ ਤੋਂ ਡਾਕਟਰ ਦੀ ਮੰਜ਼ਿਲ ਹੈ ਸ਼ੂਗਰ ਨਾਲ ਗ੍ਰਸਤ ਹੋਇਆ, ਜਿਹੜਾ ਕਿ ਉਹਦੇ 'ਚ ਜਿਹੜੀ ਰਿਸ਼ਤਾ ਹੈਗਾ ਸ਼ੂਗਰ ਨਾਲ ਅਤੇ ਹਾਰਟ ਦਾ, ਉਹਦੇ ਬਾਰੇ ਕਹਿੰਦੇ? ਸ਼ੂਗਰ ਜੋ ਅਸੀਂ ਕਹਿੰਦੇ ਹਾਂ, ਸ਼ੂਗਰ ਔਰ ਬਲੱਡ ਪ੍ਰੈਸ਼ਰ, ਇਹ ਦੋ ਮੇਨ ਡਿਜ਼ੀਜ਼ ਜਾਂ ਬਿਮਾਰੀ ਹੁੰਦੀ ਹੈ ਜਿਹਦੇ ਕਰਕੇ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸ ਜ਼ਿਆਦਾ ਹੁੰਦੇ। ਇਨਫੈਕਟ ਸ਼ੂਗਰ ਦਾ ਜੋ ਅਸੀਂ ਕਹਿੰਦੇ ਕਿ ਇੰਡੀਆ ਇਜ਼ ਦਾ ਕੈਪੀਟਲ, ਸ਼ੂਗਰ ਕੈਪੀਟਲ ਆਫ ਦ ਵਰਲਡ, ਇੰਡੀਆ ਦੇ ਸਾਰ ਸਭ ਤੋਂ ਜ਼ਿਆਦਾ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ, ਐਂਡ ਸ਼ੂਗਰ ਕਰਕੇ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਿਸ ਇਨਕ੍ਰੀਜ਼ ਬਾਏ ਮੈਨੀ ਟਾਈਮਸ, ਹੈ ਨਾ। ਤੋ ਜੇ ਸ਼ੂਗਰ ਹੈਗਾ, ਬਲੱਡ ਪ੍ਰੈਸ਼ਰ ਹੈਗਾ, ਕੋਈ ਸਮੋਕਿੰਗ ਕਰਦਾ ਹੈ, ਮੋਟਾਪਾ ਹੈਗਾ, ਜੋ ਅਸੀਂ ਘੀ ਮੱਖਣ ਖਾਂਦੇ ਜੋ ਤੁਸੀਂ ਦੱਸ ਰਹੇ ਹੋ, ਉਹਦੇ ਕਰਕੇ ਕੋਲੈਸਟ੍ਰੋਲ ਵੱਧਦਾ, ਇਹ ਸਾਰੇ ਮੇਜਰ ਰਿਸਕ ਫੈਕਟਰ ਨੇ ਜਿਹਦੇ ਕਰਕੇ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਿਸ ਕਾਫ਼ੀ ਵੱਧ ਜਾਂਦੇ। ਦੇਖੋ, ਕੋਈ ਸਮਾਂ ਹੁੰਦਾ ਸੀਗਾ ਜਦੋਂ ਅੱਜ ਤੋਂ 15-20 ਸਾਲ ਪਹਿਲਾਂ, ਕਿ ਜਦੋਂ ਹਰਟ ਦੇ ਇੱਕ ਵੀ ਅਟੈਕ ਆ ਗਿਆ ਤਾਂ ਲੋਕ ਬਿਲਕੁਲ ਆਸਲੈਸ, ਜਿੱਦਾਂ ਮਤਲਬ ਉਹਨਾਂ ਦੀ ਉਮੀਦਾਂ ਜਿਹੜੀਆਂ ਖਤਮ ਹੋ ਜਾਂਦੀਆਂ ਸੀਗੀਆਂ, ਲੇਕਿਨ ਤੁਸੀਂ ਡਾਕਟਰਸ ਨੇ ਇਹਨਾਂ ਕੇਸ ਤੇ ਮੋਰਟੈਲਿਟੀ ਦੇ ਉੱਤੇ ਜਿਹੜਾ ਹੈਗਾ ਨਿਜਾਤ ਪਾਈ ਹੈਗੀ ਆ, ਉਹਦੇ ਬਾਰੇ ਕੀ ਕਹਿੰਦਾ? ਜੋ ਹਾਰਟ ਦੇ ਮਾਮਲੇ 'ਤੇ ਜੋ ਡਿਵੈਲਪਮੈਂਟਸ ਹੋਈਆਂ ਪਿਛਲੇ 25-30 ਸਾਲਾਂ ਤੋਂ, ਉਹ ਮੈਡੀਕਲ ਸਾਇੰਸ ਦੇ ਸਭ ਤੋਂ ਜ਼ਿਆਦਾ ਇੱਕ ਸਪੀਡ 'ਤੇ ਹੋਈ ਹੈ। ਅਸੀਂ ਹੁਣ ਯਾਦ ਹੈਗਾ ਜਦੋਂ ਅਸੀਂ
25-30 साल पहले जो अभी पीजी कर रहे थी, सारी ट्रेनिंग हो रही थी, उस वक्त ये थी कि वेटफुल अच्छी वॉच कर रही थी, क्योंकि उस वक्त कोई एंजियोप्लास्टी वगैरह कोई आई नहीं थी, जो नवी नवी ट्रेनिंग चाहिए। उस वक्त ये थी कि पेशेंट ने जो बचना है ना, उन्हें दवाइयां रखो, 3-4 महीने बच गया तो बच गया, नहीं तो उसकी मौत हो जानी थी। हूँ बिकॉज ऑफ लेटेस्ट टेक्निक जो एंजियोप्लास्टी है या बाईपास सर्जरी हैगी, करके काफी ज्यादा पेशेंट्स में अस्सी बचाव लेने हैं। थर्ड थिंग इज जो आजकल पेशेंट अवेयरनेस हो गई है, मैं वो भी ज्यादा ध्यान देने वास्ते दसांगा, जो साडे अपने जो थोड़े जरिए से मैं मैसेज पहुंचाना चाहूंगा कि जो प्रिवेंशन इज बेस्ट ट्रीटमेंट। असि जो रिस्क फैक्टर जो मैं कह रहा है, शुगर है, ब्लड प्रेशर है, स्मोकिंग है, जे असि इन सारी चीजों को कंट्रोल कर लेंगे तो हार्ट की प्रॉब्लम ही घट जाऊगी, है ना। कि असि जो हार्ट का अटैक आना तो उन्हें रिस्क फैक्टर मतलब रिस्क काफी बढ़ जाता है। सो वट आई वॉन्ट टू टेल टू द पीपल, जो असि साढ़े जो आम जनता है, उन्होंने ये मैसेज देना चाहवा कि असि पहला ही जो रिस्क फैक्टर्स में कवर करिए उन्होंने घटा देंगे। जे सू शुगर ही ना हो, जे सू ब्लड प्रेशर ही ना होते वास्ते जो रहन सहन का तरीका हैगा, दैट इज वेरी इंपॉर्टेंट। जो असं लाइफ स्टाइल चेंज कहते हैं, तुम प्रॉपर एक्सरसाइज करो, मेहनत करो, जो जंक फूड हैगा उन्होंने अवॉइड करो, तो वो करके हार्ट की प्रॉब्लम होने के चांसिस घट जाएंगे, जिसे करके वो करके जो डेथ हैगी मोर्टैलिटी वो घट जाएगी। अगर आप हार्ट की गल करिए, जिस तरीके के नाल तुसी मने आंदे हो कि यह हॉस्पिटल जो है यह प्रिवेंटिव हॉस्पिटल, जिदा तुसी कहा कि तुसी अपने पेशेंट्स नूं 20-20 साल के मेडिसिन ते मतलब लोगों नूं जिहड़े इन्वेस्टिगेट चैनल ते एक प्रॉब्लम देख रहे, उन्होंने घबराने की कोई लोड़ नहीं है। अगर वह मतलब कई बार यह होंदा कि थोड़ी ग्लासेस होंदी आ, उहदे बाद ही डॉक्टर साहब जिहड़े हैगे 20-20 साल भी लोग जिहड़े है चलते रहिंदे आ, तां उहदे बारे की कहना चाहोगे कि हरेक ग्लासेस दा जिहड़ा लास्ट स्टैंडिंग नहीं है, उहदे बारे की गल करो। सी ब्लॉकेज असी दो तरीके जल्दी तो ब्लॉकेज होंगी है, उसका असी फंक्शनल इंपॉर्टेंस ही नहीं है, माने उस ब्लॉकेज करके पेशेंट को फ्यूचर की कोई दिक्कत आऊगी या नहीं आऊगी, उस हिसाब से ट्रीटमेंट होना चाहिए। कई बार साढ़े को पेशेंट होंगे तिना नाड़िया ब्लॉक है, ना? बट उसके करके जो उन्होंने दिक्कत नहीं है, वो वजिया तुर फिर गया, असं कुछ टेस्ट करा लेंगे। मोस्ट इंपॉर्टेंट है TMT होंगी है, जो पेशेंट में तिना नाड़िया ब्लॉक है, उन्होंने कोई सिमटम्स नहीं है, और उसके वास्ते अभी TMT करके देखते हैं, पट्टी में चला के देखते हैं, हार्ट में जोड़ देते देखते हैं। जे वो पेशेंट को कोई सिमटम्स नहीं आते तो कई बार अभी कहते हैं दवाइया चली जाओ, खून पत्ते वाली दवाइया है, कुछ वो हार्ट की नाड़ियों को डायरेक्ट फैला के रखनी है, खून का सर्कुलेशन बता दी है, वो भी बंदा चली जाता है। तो जो साड़ी धारणा है कि अभी एंजियोग्राफी करावे ब्लॉकेज आ गई, डॉक्टर साहब ने स्टैंड पा लिया सर्जरी कर देने, वो धारणा गलत है जी। जिथे पेशेंट उन ब्लॉकेज करके दिक्कत आ रही है, असं उत्ते कहने कोई स्टैंड पाओ या सर्जरी कराओ, इंटरवेंशन कराओ। देखो आप तो देखा गया कई बार लोग लाइट भी मैरिज होंगे और ट्रेंट पै जाते हैं कि ऐसा लगता तैयार नहीं होगा, और वो चीज जी है जिस जो तक पहुंचना डॉक्टर को पहुंचना की कहना चाहूंगा कि हर्ट जब जी हर्ट के मेरे जेड कोई पंगे जो है पेंडे कोई दर्द उर्द बंद होंगे या उन्होंने कोई सिमटम्स लगते हैं, की कहना चाहूंगी तुम तुरंत जो है इस चीज के लिए, क्योंकि बाद टाइम जो खर्चा बड़ा बढ़ा। जो हार्ट के जो सिमटम्स कॉमनली अभी कहने वो सबसे ज्यादा होता है सीने के दर्द, दर्द होंगे या कोई पेशेंट को थोड़े थोड़े सह चढ़ना है, कोई धड़कन तेज होगी, कोई चक्कर आता है, ये सारे कॉमनली हार्ट के सिमटम्स होंगे। बट दूसरी गल मैं ये कराना चाहूंगा कि कोई पेशेंट को हार्ट के छाती में दर्द होया, वह मतलब यह नहीं कि उन्होंने हार्ट की प्रॉब्लम हो रही है, पेशेंट डर के साथ को भरता है। इनफैक्ट मेरी OPD पे मेरे को 10 पेशेंट आते हैं जिन्होंने सीने के दर्द है, तो वो 6-7 पेशेंट को कोई हार्ट की प्रॉब्लम नहीं होगी। लेकिन यह मतलब यह नहीं कि तुम हार्ट का दर्द है तो डॉक्टर के को ना जाओ। जो हार्ट का दर्द होया स्पेशली जिन्होंने रिस्क फैक्टर जो मैं कह रहा है शुगर है, BP है, स्मोकिंग है, जो इस तरीके की कोई प्रॉब्लम होती है तो जरूर हार्ट के डॉक्टर के को जाकर चेकअप कराना है, ये रूल आउट करना है कि हार्ट की प्रॉब्लम नहीं है। जो मोस्ट कॉमनली अभी कहते हैं एसिडिटी या गैस, गैस का सिमटम और कई बार हार्ट का जो दर्द है वो कॉमन बहुत सिमिलर होता है, तो कई बार गैस की प्रॉब्लम के पेशेंट को हार्ट का लगता है, एंड वाइस वर्सा। कई बार स्पेशली मैं देखे पेशेंट को लगता है गैस की प्रॉब्लम है, बाकी हार्ट का अटैक आया होता है, तो इस मामले में बिकॉज आई एम नॉट एन एक्सपर्ट, तो मेरी गुजारिश रहेगी कि हार्ट के मामले में टाइम का बहुत ज्यादा इंपॉर्टेंस होता है, तुम इमीडिएटली डॉक्टर के कोई जाना है, रूल आउट करा दो। जो कुछ नहीं है कहना गैस का काम खत्म हो गया अपना, लेकिन जो हार्ट की प्रॉब्लम है उसे डिले ना हो, हार्ट के ट्रीटमेंट को देरी ना हो, दैट इज वेरी इंपॉर्टेंट, है ना। तो इमीडिएटली डॉक्टर को दिखाना है और रूल आउट करना है कि प्रॉब्लम नहीं है सर। सर जिदा ग्लोबल का नाम ग्लोबल है और इंडिकेट कर दिया जिस तरीके कोरोना हर्ट दिन सलाह अपनी बिल्कुल जारी रखी, अभी भी जारी रही है,
महामारी आई सी इस बार के सारे वर्ल्ड नू अफेक्ट किया इन्होंने इंडिया के जी बहुत ज्यादा बढ़ गया सी पंजाब भी उहदे विच कोई इट वॉज नॉट सैपरेट तो पंजाब में भी काफ़ी ज्यादा इंसीडेंट बढ़ गया हूँ तो चलो पिछले कुछ आई थिंक वन वीक और सो असी काफ़ी इंसीडेंट आ गया है और ये जो सरकार ने पंजाब सरकार ने काफ़ी उन्होंने जो अपनी गाइडलाइन बनाई है जो सारे ब्यूरोक्रेट्स जो लोकल एडमिनिस्ट्रेशन है उन्होंने काफ़ी कुछ ये एक्टिवली इन्वॉल्व होकर इन्होंने घटाने वास्ते उन्होंने काफ़ी कुछ स्टैप्स लिता जी जो साढ़े हॉस्पिटल है बिकॉज वी अगेन आर डेडिकेटेड टू द पीपल साढ़े ये रहता है कि साढ़े को जो भी होगा जो असं कर सकते कोविड वास्ते जो असं अपने वालों सेवा कर सकते मदद कर सकते वो असी पूरी कोशिश की है असी पूरा एक सैपरेट वार्ड बना लिया सैपरेट आईसी बनाया सी उसकी डेडिकेटेड टीम सी साड़ी एंड वी हैव सेव्ड अ लॉट ऑफ लाइव्स बट हूँ तो चलो रब करे कि जो कोविड का है वो घट जाए और खत्म हो जाए बाकी ये है कि वी हैव टू बी वेरी केयरफुल अभी कटिया है लेकिन ये चीज दोबारा नहीं असं यूरोप वगैरह देख रहे एक सैकेंड वेव आई है उन्होंने असं अवॉइड करना वो वास्ते जो असं प्रिकॉशन है जो हमेशा सरकार इन्नी ज्यादा एड भी डाल रही है कि सोशल डिस्टेंसिंग हैगा मास्क पहनो तुम सैनिटाइजर यूज करो वो चीज़ में असं छड़नी नहीं है बिकॉज की होंगे कि हम पांच छह महीने तो एक चीज चली जा रही ना कि लैक्स हो जाएंगे साड़ी वालों लैक्स भी हो जाए कि नहीं कि हूँ तो ठीक है कि मैंने की होना हूँ तो घट रहा है बट ये चीज़ दोबारा हो सकती है So we have to be very, very careful in these times. बहुत ज़्यादा ज़रूरी है। अंदर सर हर दिन आना हर दिन एक सुपर स्पेशलिटी सेंटर है तो दिन आना जिस तरीके से आप गुड़े चुले बोलने की गल करिए तो मैं सेंटर की गल करिए और सेटिंग की गल करिए कितने कितने अच्छे बोल रहे हो सी ये ट्राइंग टू बिल्ड इट इनटू अ मल्टी स्पेशलिटी हॉस्पिटल जो मैं थोड़ा क्या चीज असं आठ साल पहले जो ट्रीटमेंट नौ साल पहले से शुरू किया वी स्टार्टेड विद वन स्पेशलिटी सिर्फ साढ़े को हार्ट का सी हूँ साढ़े को कई सारे डॉक्टर्स है फुल जो टीम साड़ी है गायनाकोलॉजिस्ट फुल टाइम है साढ़े को फिजिशियन है जनरल सर्जन है ऑर्थोफिजिशियन है ब्रेन के डॉक्टर है तो असी कोशिश कर रहे हैं एक एक रूफ के अंदर सारी ट्रीटमेंट अवेलेबल हो जाए सा और भी प्लान है कि और भी दो तीन जो स्पेशलिटी वो नियर फ्यूचर से शुरू करेंगे बस थैंक यू बहुत बहुत धन्यवाद सर चैनल में और आप कई बार काउंसलिंग के साथ भी कोई प्रोसीजर के बिना भी मतलब यहाँ सुनाए अपने उनको दे देते हो क्या कहते हैं देखिए काउंसलिंग तो बहुत ही इम्पोर्टेंट पार्ट ऑफ इनफर्टिलिटी है बहुत से केसेस में ऐसा होता है कि केवल काउंसलिंग ही हेल्प करती है सबसे ज्यादा प्ले मतलब 50% रोल है काउंसलिंग का क्योंकि पेशेंट जो होते हैं बहुत टेंस होते हैं मतलब मैरिज हो गई बहुत दिनों से बच्चा नहीं हुआ तो सोशल इंडिया का सोशल स्ट्रक्चर ऐसा है कि साल भर में ही सब बोलने लगते हैं कि नहीं होना चाहिए तो काउंसलिंग प्लस मेडिकेशन दोनों चीजें उस हिसाब से मतलब पेशेंट को देखते हुए क्या दिक्कत है सारे इन्वेस्टिगेशन करते हुए वो दोनों चीजें PCODs का जो प्रकरण है बहुत ज्यादा बढ़ रहा है यंग यंग बच्चे हैं जो उनको भी हो रहा है लाइफ स्टाइल फूड हैबिट्स बहुत इम्पोर्टेंट रोल प्ले करता है यहाँ पे और स्पेशली पंजाब में मैंने देखा है कि जो यंग गर्ल्स हैं उनका जो लाइफ स्टाइल है विदाउट एक्सरसाइज फास्ट फूड है ना ओबेसिटी वजन बढ़ जाना ये सारा PCOD के कारण है अगर हम इनमें कुछ थोड़ा सा बदलाव ले आए तो हमारी PCOD बहुत कम हो जाएगी यहाँ पे जैसे लेट मैरिज जो है आजकल पहले वाले जो चीज नहीं रही है और लेट मैरिज होने में किसके बेनिफिट है देखिए लेट मैरिजेज बिकॉज लड़कियां वर्क करने लगी हैं तो इसलिए लेट मैरिजेज तो होती हैं बट ये एडवाइस जरूर है कि भाई ठीक है अगर आप 28 पे भी शादी कर रहे हो तो डोंट डिले द प्रेगनेंसी मोर देन
वन और टू ईयर्स है, फटाफट मतलब उस प्रेगनेंसी को करके अपने फैमिली जितना भी आपने फैमिली वन चाइल्ड टू चाइल्ड जो भी आपका है वो आप फिनिश कर दो, बिकॉज जितना डिले करते हैं उतनी ज़्यादा प्रॉब्लम्स बढ़ती हैं, तो प्रॉब्लम्स तो होती हैं। थैंक यू सर।